ਇੱਕ ਧੀ ਨਾਲ ਰੇਪ ਹੋਇਆ। ਉਹ ਬੀਬੀ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਘਰ ਵਿੱਚ ਆਈ ਅਤੇ ਅੰਮ੍ਰਿਤਪਾਲ ਮਹਿਰੋ ਆਪਣੇ ਘਰ ਦੇ ਵਿੱਚ ਨਹੀਂ ਹੈਗਾ ਸੀ ਅਤੇ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਘਰ ਵਿੱਚ ਸੀ ਅਤੇ ਸਾਰੀ ਗੱਲਬਾਤ ਦੱਸ ਕੇ ਗਈ। ਵੀਡੀਓ ਕੈਮਰੇ ਦੇ ਸਾਰੇ ਰਿਕਾਰਡਿੰਗਾਂ ਸਾਹਮਣੇ ਆ ਗਈਆਂ ਅਤੇ ਉਹ ਕੁੜੀ ਦੇ ਹੱਕ ਵਿੱਚ ਜਾ ਕੇ ਅੰਮ੍ਰਿਤਪਾਲ ਮਹਿਰੋ ਖਲੋ ਗਿਆ ਅਤੇ ਬਾਬੇ ਦੀ ਉਹਨਾਂ ਨੇ ਉੱਥੇ ਸੋਧਾ ਵੀ ਲਾਇਆ ਅਤੇ ਬਾਬੇ ਦੀ ਜੋ ਸਾਰੀ ਉਹ ਵੀਡੀਓ ਆਪਣੇ ਕੋਲ ਸਾਰੀਆਂ ਸੋਸ਼ਲ ਮੀਡੀਆ 'ਤੇ ਘੁੰਮ ਰਹੀਆਂ। ਬਾਬੇ 'ਤੇ ਪਰਚਾ ਵੀ ਹੋ ਗਿਆ। ਹੁਣ ਉਲਟਾ ਕੀ ਹੋਇਆ, ਜਿਹੜੀ ਕੁੜੀ ਦੇ ਹੱਕ ਵਿੱਚ ਅੰਮ੍ਰਿਤਪਾਲ ਮਹਿਰੋ ਖਲੋਤਾ ਸੀ ਉਹ ਕੁੜੀ ਨੇ ਆਪਣੇ ਬਿਆਨ ਹੀ ਬਦਲਤੇ। ਹੁਣ ਇਸੇ ਅੰਮ੍ਰਿਤਪਾਲ ਮਹਿਰੋ ਨੂੰ ਚੁੱਕਣ ਦੀ ਤਿਆਰੀ ਹੋ ਰਹੀ ਆ, ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਵੀ ਇਹਦੇ 'ਤੇ ਕਿਵੇਂ ਨਾ ਕਿਵੇਂ ਕੋਈ ਕੇਸ ਪਾ ਕੇ ਹੁਣ ਇਹਨੂੰ ਅੰਦਰ ਸਿੱਟਿਆ ਜਾਵੇ ਕਿ ਨੌਜਵਾਨੀ ਇਹਦੇ ਨਾਲ ਨਾ ਜੁੜੇ। ਅਤੇ ਇਹ ਹੁਣ ਸਾਡੇ ਪੰਜਾਬੀਓ ਸਿੱਖੋ, ਇਹ ਤਾਂ ਹੁਣ ਸਾਨੂੰ ਸੋਚਣਾ ਪੈਣਾ ਵੀ ਅਸੀਂ ਇਹਨਾਂ ਨਾਲ ਤੁਰਨਾ ਕਿ ਨਹੀਂ ਤੁਰਨਾ, ਆਪਦੇ ਨੌਜਵਾਨਾਂ ਨਾਲ ਇਹਨਾਂ ਨਾਲ ਖਲੋਣਾ ਕਿ ਨਹੀਂ ਖਲੋਣਾ। ਇਹ ਤਾਂ ਅਸੀਂ ਆਪਣੀ ਅੰਦਰਲੀ ਜ਼ਮੀਰ ਤੋਂ ਪੁੱਛਣਾ ਕਿ ਅਸੀਂ ਗੁਰੂ ਦੇ ਸਿੱਖ ਹੈਗੇ ਹਾਂ ਕਿ ਨਹੀਂ ਹੈਗੇ। ਜੇ ਅਸੀਂ ਆਪਦੇ ਬੰਦਿਆਂ ਨਾਲ ਅੱਜ ਨਹੀਂ ਖਲੋ ਸਕਦੇ, ਅਸੀਂ ਤੀਜੇ ਬੰਦੇ ਨਾਲ ਕੀ ਖਲੋਣਾ ਦੱਸੋ। ਹੈਂ, ਇੱਕ ਬੀਬੀ ਦੀ ਇੱਜ਼ਤ ਬਚਾਉਣਾ ਸੀ ਅੰਮ੍ਰਿਤਪਾਲ ਮਹਿਰੋ ਗਿਆ, ਉਹ ਬੀਬੀ ਨੇ ਅੱਜ ਬਿਆਨ ਬਦਲਤੇ ਆ। ਚਲੋ ਕਿਸੇ ਦੇ ਦਬਾਅ ਹੇਠਾਂ ਬਦਲਤੇ, ਕਿਵੇਂ ਬਦਲਤੇ, ਕਿਸੇ ਨੇ ਧਮਕੀ ਦੇਤੀ, ਕੀ ਕਰਤਾ ਨਹੀਂ ਪਤਾ। ਪਰ ਅੱਜ ਅੰਮ੍ਰਿਤਪਾਲ ਮਹਿਰੋ ਪ੍ਰੈਸ ਵਾਰਤਾ ਕਰਦਾ ਪਿਆ, ਉੱਥੇ ਰੋਂਦਾ ਪਿਆ ਅਤੇ ਸਾਨੂੰ ਖਲੋਣਾ ਨਹੀਂ ਚਾਹੀਦਾ ਇਕੱਲੇ ਇਕੱਲੇ ਨੂੰ। ਜੇ ਅਸੀਂ ਅੱਜ ਨਹੀਂ ਖਲੋਂਦੇ, ਸਾਨੂੰ ਮਰ ਜਾਣਾ ਚਾਹੀਦਾ। ਹੈਂ, ਕਿ ਅੰਮ੍ਰਿਤਪਾਲ ਮਹਿਰੋ ਦੇ ਹੰਝੂ ਕੀ ਪੇਸ਼ ਕਰ ਰਿਹਾ, ਕੀ ਦੱਸ ਰਿਹਾ ਸਾਨੂੰ ਦੱਸੋ। ਇੰਨੇ ਮਾੜੇ ਹਾਲਾਤ ਸਾਡੇ ਯਾਰ, ਸਾਨੂੰ ਇਕੱਲੇ ਇਕੱਲੇ ਸਿੱਖ ਨੂੰ ਭਾਈ ਅੰਮ੍ਰਿਤਪਾਲ ਮਹਿਰੋ ਦੇ ਹੱਕ ਵਿੱਚ ਖਲੋਣਾ ਚਾਹੀਦਾ। ਜਦੋਂ ਕਿਤੇ ਵੀ ਇਕੱਠ ਹੁੰਦਾ ਤਾਂ ਸਾਨੂੰ ਉੱਥੇ ਪਹੁੰਚਣ ਦੀ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪੀਲ ਹੋਣੀ ਚਾਹੀਦੀ ਹੈ। ਸੋ ਬਾਬਿਓ, ਜ਼ਰੂਰੀ ਬੇਨਤੀ ਆ, ਸਾਰੇ ਭਰਾ ਸ਼ੇਅਰ ਕਰਕੇ ਅਤੇ ਜ਼ਰੂਰ ਪਹੁੰਚਾ ਦਿਆ ਜੀ। ਅਤੇ ਮੈਂ ਇਹ ਗੱਲ ਪੱਕੀ ਅਤੇ ਤੁਹਾਨੂੰ ਸਾਰਿਆਂ ਨੂੰ ਕਹਿ ਦਿੰਦਾ ਹੁਣੇ ਵੀ ਅਸੀਂ ਸਾਰੇ ਜਿੰਨੀ ਸਾਡੀ ਪੰਜਾਬ ਦੀ ਨੌਜਵਾਨ, ਅਸੀਂ ਪੰਜਾਬ ਅੰਮ੍ਰਿਤਪਾਲ ਮਹਿਰੋ ਦੇ ਹੱਕ ਵਿੱਚ ਹਾਂ ਅਤੇ ਰਵਾਂਗੇ। ਅਤੇ ਸਾਡੇ ਜਿਹੜੇ ਆ ਬੂਬਣੇ ਆ ਸਾਧ ਆ, ਅਤੇ ਇਹਨਾਂ ਦੇ ਡੇਰਿਆਂ 'ਚ ਕੀ ਕੰਮ ਹੁੰਦਾ ਇਹ ਤਾਂ ਸਾਰਿਆਂ ਨੂੰ ਪਤਾ ਚੱਲ ਹੀ ਗਿਆ। ਅਤੇ ਦੂਜਾ ਨੰਬਰ, ਸਾਡੀਆਂ ਸੰਪਰਦਾਵਾਂ, ਸਾਡੀਆਂ ਜਥੇਬੰਦੀਆਂ, ਸਾਡੇ ਆਗੂ ਸਾਹਿਬਾਨ ਜਿੰਨੇ ਵੀ ਹੋਰ ਆ, ਇਹ ਸਾਰੇ ਬੰਦੇ ਸੋਚ ਲੈਣ ਵੀ ਇਹ ਬੂਬਣੇ ਸਾਧ ਦੇ ਪੱਖ ਵਿੱਚ ਭੁਗਤਣਾ ਕਿ ਸਾਡੇ ਇੱਧਰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦੇ ਹੱਕ ਵਿੱਚ ਭੁਗਤਣਾ, ਕਿ ਉਹ ਬਲਾਤਕਾਰੀਏ ਸਾਧ ਦੇ ਹੱਕ ਵਿੱਚ ਭੁਗਤਣਾ, ਜਿਹੜੇ ਤੁਸੀਂ ਚੁੱਪ ਕਰਕੇ ਮੂੰਹ 'ਚ ਤੁਹਾਡੇ ਦੰਦਲਾਂ ਪਈਆਂ ਤੁਸੀਂ ਬੋਲਦੇ ਨਹੀਂ ਹੋ। ਅਤੇ ਇਹ ਵੀਰੋ, ਇਹ ਸੋਚ ਲਓ ਕਿ ਵੀ ਅਸੀਂ ਚੱਲਣਾ ਕਿਹੜੇ ਪਾਸੇ ਆ।